ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ ਰਿਪੋਰਟਰ ਮਸਕਾ ਚਸਕਾ ਟਾਈਮ ਅੱਜ ਜੋ ਵੀ ਸ਼ਬਦ ਮੈਂ ਬੋਲ ਰਿਹਾ ਵਾਂ ਉਹ ਸਾਡੇ ਜਿਹੜੇ ਚੀਫ ਐਡੀਟਰ ਨੇ ਸਰਦਾਰ ਬੀ ਐਸ ਚੌਹਾਨ ਉਹਨਾਂ ਦੇ ਬੋਲ ਮੇਰੇ ਮੂੰਹ ਰਾਹੀਂ ਤੁਹਾਡੇ ਸਾਹਮਣੇ ਹਨ ਗੱਲ ਇਸ ਤਰ੍ਹਾਂ ਵਾ ਕਿ ਸਾਡੇ ਬਹੁਤ ਹੀ ਸੀਨੀਅਰ ਰਿਪੋਰਟਰ ਸਰਦਾਰ ਸਵਰਨ ਸਿੰਘ ਜੀ ਕਾਦੀਆਂ 'ਚ ਕਿਸੇ ਮਸਲੇ ਦੀ ਕਵਰੇਜ ਕਰਨ ਗਏ ਸੀ ਅਤੇ ਉੱਥੇ ਹੀ ਇੱਕ ਪੱਤਰਕਾਰ ਉਹਨਾਂ ਨੂੰ ਥਰੈਡ ਕਰਦਾ ਨਜ਼ਰ ਆਇਆ ਅਸੀਂ ਪਹਿਲੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਕਰਦੇ ਅਤੇ ਅਸੀਂ ਵੀ ਨਹੀਂ ਚਾਹਾਂਗੇ ਕਿ ਕੋਈ ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਕਰੇ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਲੋਕਾਂ ਨੂੰ ਸੱਚਾਈ ਦੱਸਣੀ ਭਾਵੇਂ ਸਾਹਮਣੇ ਕੋਈ ਵੀ ਹੋਏ ਕਿਉਂਕਿ ਜਦੋਂ ਅਸੀਂ ਲੋਕਾਂ ਦੀ ਸੱਚਾਈ ਦੱਸਦੇ ਹਾਂ ਤਾਂ ਉਦੋਂ ਸਾਡਾ ਰਾਈਟ ਬਣਦਾ ਵਾ ਜੇ ਮੀਡੀਆ ਵਾਲਾ ਗਲਤ ਹੋਏਗਾ ਤਾਂ ਉਹਦੀ ਸੱਚਾਈ ਵੀ ਦੱਸਣੀ ਸਾਡਾ ਫਰਜ਼ ਆ ਅਸੀਂ ਫਰਜ਼ ਆਪਣਾ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਕਿ ਨਿਭਾਉਂਦੇ ਰਹਾਂਗੇ ਅਗਰ ਸਵਰਨ ਜੀ ਸਾਡੇ ਚੇਅਰਮੈਨ ਸਾਹਿਬ ਨੂੰ ਇਹਦੀ ਕੰਪਲੇਨ ਕਰਨਗੇ ਤਾਂ ਇਸ ਬੰਦੇ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਮਾਨਯੋਗ ਐਸ ਐਸ ਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਜਾਵੇਗੀ ਅਤੇ ਕੋਰਟ ਦਾ ਵੀ ਸਹਾਰਾ ਲਿਆ ਜਾਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਸਰੋਤਿਆਂ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਖਬਰ ਮੈਂ ਆਪਣੇ ਬਿਹਾਫ 'ਤੇ ਚੇਅਰਮੈਨ ਜੀ ਦੀ ਪਰਮਿਸ਼ਨ ਦੇ ਨਾਲ ਚਲਾ ਰਿਹਾ ਵਾਂ ਤੁਸੀਂ ਇਹਦਾ ਨਿਬੇੜਾ ਕਰੋਗੇ ਕਿ ਕੌਣ ਸੱਚਾ ਵਾ ਅਤੇ ਕੌਣ ਝੂਠਾ ਵਾ ਇਹ ਸੋ ਸਰੋਤੇ ਹੀ ਦੱਸਣਗੇ ਕਿ ਇਸ ਤਰ੍ਹਾਂ ਦਾ ਵਤੀਰਾ ਕਿਸੇ ਰਿਪੋਰਟਰ ਨੂੰ ਕਿਸੇ ਨਾਲ ਕਰਨਾ ਚਾਹੀਦਾ ਵਾ ਧੰਨਵਾਦ ਹਰ ਇੱਕ ਨੂੰ ਭਟੀਆ ਦੱਬਦਾ ਨਾ ਮੈਂ ਹੁਣੇ ਬਾਈ ਬਸ ਉਹਨਾਂ ਗੱਲ ਕਰ ਬਾਜ਼ਾਰ ਸਾਰਾ ਸਾਡੇ ਅੱਗੇ ਲੱਗਾ ਇਹ ਸਾਡੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਹੋਇਆ ਸੀ ਮਾੜੀ ਪਾ ਯਾਰ ਜਿਹੜੀ ਮਾੜੀ ਪਾਣੀ ਤੂੰ ਨੀ ਜਿਹਦੇ ਮਰਜ਼ੀ ਕਰ ਕਿਉਂ ਮਾੜੀ ਪਾਏਗੀ ਕਿਉਂ ਮਾੜੀ ਪਾਏਗੀ ਗੱਲ ਖੁੱਲ ਕੇ ਸੱਚਾਈ ਗੱਲ ਕਰਨ ਦੀ ਠੀਕ ਹੈ ਨਹੀਂ ਕਿ ਤੁਹਾਨੂੰ ਵੀਡੀਓ ਮਾੜੀ ਪਾਏਗੀ ਹਾਂ ਵੀਡੀਓ ਮਾੜੀ ਪਾਏਗੀ ਵੀਡੀਓ ਮਾੜੀ ਪਾਏਗੀ ਨਹੀਂ ਮੈਂ ਨਹੀਂ ਕਰੀ ਇਦਾਂ ਦੀ ਰਿਪੋਰਟਰ ਸਾਹਿਬ ਜੀ ਪੱਤਰਕਾਰ ਨੂੰ ਧਮਕੀਆਂ ਨਹੀਂ ਦੇ ਸਕਦਾ ਇੱਕ ਪੱਤਰਕਾਰ ਮੇਰੇ ਬੇਟੇ ਨੂੰ ਧਮਕੀਆਂ ਦੇ ਰਿਹਾ ਉਹ ਦੇਖੋ ਜਾ ਰਿਹਾ ਹੁਣ ਛੱਡੋ ਭਾਈ ਯਾਰ ਹੋਇਆ ਕਿ ਉਹ ਨਹੀਂ ਲਾਈ ਤਾਂ ਉਹ ਇਹਨੂੰ ਨਹੀਂ ਤਾਂ ਕੰਮ ਮੰਨਦਾ ਹੀ ਨਹੀਂ ਆਹੋ
जवाब दो पत्रकार नु धमकी क्यों दे रहा है भाजी मैंने तो पता नहीं लगे हैं गाहक नाल कैमरे लगे सारे चेक कर लो फ्रंट का कैमरा सब फ्रंट ही लगा तो आए ने कहते बाहर आयो कंप्लेन है कंप्लेन पहचाना कंप्लेन की बेअदबी महाभरावा भाई भरावा हाथ जोड़ के दो बंदे माफी मंगाई कि लड़ो ना प्यार इज्जत ना रवो इज्जत वाला कोई चीज नहीं शहदारी है इज्जत वाली कोई चीज नहीं होंगी सानू कहते बेअदबी की ओनू बुला के लिया जिद जिदे हो कहता बचा बचा ही मैं बजारने हैं बाजार सारा कट्ठा हो गया बाजार पै गया प्रेस वाले मुंडे प्रेस वाले मुंडे चचका मस्का वाले मुंडे बेटे राजे सिर्फ खान के मसाले ही लभदे ने कि खान का मसाला कितों लभना ना कि सच्चाई लोगों अगे रखी जाए सिर्फ खान के मसाले लभदे ने कि सानू कितों साडी जेब विच पैसे आ सामने सारा जे एक भी बंदा कह दे कि अही उन्होंने फेवर च नहीं खलोते उल्टा अही उन्होंने फेवर च खलोते हैं सानू ते इल्जाम लान दिया कि तुही उन्होंने बेअदबी की है मैं इतों तक भी उन्होंने कहा कि जे उन्होंने परिवार का एक मैंबर भी आके मेरे खिलाफ उंगल भी कर दे मैं जिथे कहो उ सजा भुगतान तैयार हाँ पर उन्होंने परिवार ने भी आके इन्हों भाड़िया साहब कहा कि भाड़िया साहब हाडे इन्होंने कोई नहीं है ये साडे बेटे के अगे फेवर च खलोते ने आके बल्कि इन्होंने साडे बेटे की उन्होंने जिन्होंने झड़प हुई है उन्होंने मेरे बेटे की दो वारी दस्तार लाई इन्होंने चुके वे सिर पर दस्तार दो वारी रखी है तो इन्होंने बचा सगो अगे हो के अपने ना परवाह करते इन बचाया वा तो उल्टा तुम कि इल्जाम ला दोगे अगो कहना नहीं जी तो इन्होंने परचा होएगा वीडियो वायरल हो जाएगी इन्होंने वीडियो धमकियां अगो ला दिया उल्टा जितों छाप पता लगता कि खाने मसाले ने जोड़े योजे निकड़ दुकड़ जो प्रेस रिपोर्टर बने जिन्होंने कोई जानता तक नहीं सिर्फ खाने मसाले लभ देने आके लोगों के ਚੱਟੀ ਕਲਾ ਵਾਲੇ ਇਹ ਬਿਲਕੁਲ ਸਰਾਸਰ ਝੂਠਾ ਇਲਜ਼ਾਮ ਲਾ ਰਹੇ ਨੇ ਜਿੱਥੋਂ ਤੱਕ ਕਿ ਬਾਜ਼ਾਰ ਦਾ ਸਾਥ ਸਾਰਾ ਸਾਡਾ ਸਾਰੇ ਮੇਰੇ ਭਤੀਜੇ ਦੇ ਨਾਲ ਸਾਰੇ ਬਾਜ਼ਾਰ ਨੇ ਸਾਥ ਹੀ ਦਿੱਤਾ ਉਹਦੇ ਹੱਥੀ ਪੈਣ ਦੇ ਸੀ ਇਹਨਾਂ ਨੇ ਅੱਗੇ ਹੋ ਕੇ ਉਹਦੀ ਜਾਨ ਬਚਾਈ ਹੈ ਇਸ ਕਰਕੇ ਹਾਂਜੀ ਇਹਨਾਂ ਤੇ ਕੋਈ ਇਹਨਾਂ ਤੇ ਸਾਡੇ ਤੇ ਕੋਈ ਨਹੀਂ ਰੋਸ ਇਹਨਾਂ ਤੇ ਸਾਡੇ ਵੀਰ ਨੇ ਸਾਡੇ ਸਾਡੇ ਨਾਲ ਹੈ ਉਹਨਾਂ ਦੇ ਰੋਸ ਹੈ ਜਿਨ੍ਹਾਂ ਨੇ ਉਹਨਾਂ ਨੂੰ ਹੱਥ ਪਾਇਆ ਸੀ ਸਿਰਫ ਇਹ ਆ ਕਿ ਇਹ ਸਿਰਫ ਪੈਸੇ ਦਾ ਮਸਲਾ ਲੱਭਣ ਵਾਸਤੇ ਜਿਹੜਾ ਵਾ ਬਾਜ਼ਾਰ ਦੇ ਵਿੱਚ ਆ ਕੇ ਬੰਦੇ ਸਾਡੇ ਨੂੰ ਧਮਕਾਉਣ ਦੇ ਨੇ ਕਿ ਤੁਸੀਂ ਮੈਂ ਤੁਹਾਡੇ ਖਿਲਾਫ ਪਰਚਾ ਕੱਟ ਕੇ ਤੁਹਾਨੂੰ ਬੇਅਦਬੀ ਦਾ ਮਾਮਲਾ ਦਰਜ ਕਰਾਵਾਂਗੇ ਜਾਂ ਮੈਨੂੰ ਪੈਸੇ ਦੇ ਦਿਓ ਤੇ ਤੁਹਾਡੀ ਜਿਹੜੀ ਆਪਾਂ ਜਿਹੜੀ ਹੈ ਯੂਟਿਊਬਰ ਦੇ ਨਹੀਂ ਲਾਵਾਂਗੇ ਵੀਡੀਓ ਆਪਣਾ ਪੈਸਾ ਕਮਾਉਣ ਭੱਜਿਆ ਮਤਲਬ ਕਿ ਸੰਸਾਰ ਵਿੱਚ ਇੱਜ਼ਤ ਕਿਸੇ ਦੀ ਕੋਈ ਨਹੀਂ ਇਹਦੇ ਕਹਿੰਦਾ ਮਤਲਬ ਉਹ ਕਿ ਪੈਸਾ ਕਮਾਓ ਤੁਸੀਂ ਕਿਸੇ ਦੀ ਮਦਦ ਨਾ ਕਰੋ
ਜੇ ਮਦਦ ਕਰੋਗੇ ਤੁਹਾਡੇ ਬੇਦਬੀ ਦਾ ਅਸੀਂ ਤੋਹਮਤ ਲਾਵਾਂਗੇ। ਉਹ ਯਾਰ ਇਹ ਗਵਾਂਢ ਮੱਥੇ ਨੂੰ ਕੀ ਕਰਨਾ ਹੀ ਹੈ, ਉਹਦੀ ਸਪੋਰਟ ਨਹੀਂ ਕਰਨੀ ਅਸੀਂ ਕਿਹਦੀ ਕਰਨੀ, ਇਹਦਾ ਹੁਣ ਮਰਨਾ ਥੋੜੀ ਦੇਣਾ ਗਿਆ ਬੇਦਬੀ ਨਾਲ ਜੋੜਨਾ ਇਹ ਸਰਾਸਰ ਗਲਤ ਹੈ। ਇਹੋ ਜਿਹੇ ਅਨਸਰ ਪੰਜਾਬ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਇਹੋ ਜਿਹੇ ਅਨਸਰ ਹੀ ਮਾਹੌਲ ਖਰਾਬ ਕਰਦੇ ਨੇ, ਜਦਕਿ ਇਹਦੇ ਵਿੱਚ ਕੋਈ ਇਹੋ ਜਿਹਾ ਬੇਅਦਬੀ ਵਾਲਾ ਕੋਈ ਰੋਲਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈ। ਇਹ ਸਰਾਸਰ ਬਣਾਇਆ ਇੱਕ ਬੇਤੁੱਕਾ, ਇੱਕ ਬੇਤੁੱਕਾ ਵੀਡੀਓ ਤੇ ਬੇਤੁੱਕਾ ਬਿਆਨ ਹੈ ਕਿ ਜਿਹਦੇ ਤੇ ਧਾਰਤ ਜਿਹਦੇ ਤੇ ਕੋਈ ਨਾ ਹੀ ਯਕੀਨ ਕਰ ਸਕਦੇ ਨਾ ਕੁਛ, ਜਦਕਿ ਉਸ ਜਿਸ ਪਰਿਵਾਰ ਨਾਲ ਹੋਈ ਉਹ ਪਰਿਵਾਰ ਵੀ ਸਾਡੇ ਨਾਲ ਖਲੋਤਾ, ਸਾਡੇ ਭਰਾ ਨੇ ਸਾਡੇ ਨਾਲ ਖਲੋਤੇ ਨੇ। ਇਹ ਤੇ ਸਿਰਫ ਇੱਕ ਬਣਾਇਆ ਹੋਇਆ ਐਵੇਂ ਇੱਕ ਖਾਣ ਪੀਣ ਇੱਕ ਆਪਣਾ ਬੈਸ ਜਿਹੜੇ ਇਹੋ ਜਿਹੇ ਨੇ ਬਣਾਇਆ ਆਪਣਾ ਖਾਣ ਦਾ ਮਸਾਲਾ, ਅਗਲੇ ਨੂੰ ਆ ਕੇ ਧਮਕਾਓ ਤੇ ਆਪਣੇ ਜੇਬਾਂ ਭਰ ਲਓ।